E9 ਪੰਜਾਬੀ ਸਾਡੀ ਬੋਲੀ ਸਾਡਾ ਮਾਣ ਪੰਜਾਬੀ ਸਰਗਰਮੀਆਂ ਦੇ ਨਿਰਪੱਖ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਹਾਜ਼ਰ ਨੇ ਇਸ ਵੇਲੇ ਦੀਆਂ ਚੋਣਵੀਆਂ ਅਤੇ ਖਾਸ ਸਰਗਰਮੀਆਂ। ਵਿਦੇਸ਼ਾਂ ਵਿੱਚ ਗੁਰਦੁਆਰਾ ਸਾਹਿਬਾਨਾਂ ਵਿੱਚ ਭਾਰਤੀ ਰਾਜਦੂਤਾਂ ਅਤੇ ਅਧਿਕਾਰੀਆਂ ਦੇ ਦਾਖਲੇ ਦੀ ਪਾਬੰਦੀ ਵਾਲੇ ਫੈਸਲੇ 'ਤੇ ਬੋਲੇ ਪੰਜਾਬ ਦੇ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ। ਮੋਗਾ ਦੇ ਵਾਰਡ ਨੰਬਰ 25 ਦੇ ਸਾਬਕਾ ਕੌਂਸਲਰ ਬਲਬੀਰ ਸਿੰਘ ਦੀ ਮ੍ਰਿਤਕ ਦੇਹ ਮਿਲੀ ਮੋਗਾ ਸ਼ਹਿਰ ਦੇ ਗੰਦੇ ਨਾਲੇ ਵਿੱਚੋਂ। ਪੁਲਿਸ ਨੇ ਮ੍ਰਿਤਕ ਦੇਹ ਨੂੰ ਕਬਜ਼ੇ ਵਿੱਚ ਲੈ ਕੇ ਸ਼ੁਰੂ ਕੀਤੀ ਜਾਂਚ। ਪਾਕਿਸਤਾਨ ਦੀ ਕਰਾਚੀ ਜੇਲ੍ਹ ਵਿੱਚੋਂ ਰਿਹਾਅ ਕੀਤੇ ਗਏ 147 ਭਾਰਤੀ ਮਛੁਆਰੇ ਵਾਪਸ ਮੁੜੇ ਭਾਰਤ ਅਟਾਰੀ ਰਾਹੀਂ ਭਾਰਤ ਸਰਹੱਦ ਵਿੱਚ ਲਿਆ ਦਾਖਲਾ। ਲੁਧਿਆਣਾ ਪੁਲਿਸ ਨੇ ਇੱਕ ਗਰੋਹ ਦੇ 4 ਮੈਂਬਰਾਂ ਨੂੰ ਕਾਬੂ ਕਰਨ ਦਾ ਕੀਤਾ ਦਾਅਵਾ। ਪੁਲਿਸ ਦੇ ਮੁਤਾਬਕ ਫੇਸਬੁੱਕ ਤੋਂ ਨਾਮ ਅਤੇ ਐਡਰੈਸ ਲੈ ਕੇ ਕਰਦੇ ਸੀ ਫਰਜ਼ੀ ਦਸਤਾਵੇਜ਼ ਤਿਆਰ ਅਤੇ ਵਹੀਕਲ ਫਾਈਨਾਂਸ ਕਰਾ ਕੇ ਕਰਦੇ ਸੀ ਧੋਖਾਧੜੀ। ਜਾਂਚ ਗਈ ਆਰੰਭੀ। ਪੰਜਾਬ ਸਰਕਾਰ ਦੀ ਕਰਜ਼ਾ ਮਾਫ਼ੀ ਯੋਜਨਾ ਦੀ ਅਸਲੀਅਤ ਆਈ ਸਾਹਮਣੇ। ਸੰਗਰੂਰ ਵਿੱਚ ਇੱਕ ਕਿਸਾਨ ਦੇ 5 ਰੁਪਏ ਦਾ ਕਰਜ਼ਾ ਮਾਫ਼ ਕਰਕੇ ਸਰਕਾਰ ਬਣੀ ਮਜ਼ਾਕ ਦਾ ਪਾਤਰ। ਵਿਰੋਧੀ ਕਰ ਰਹੇ ਨੇ ਵਿਰੋਧ, ਕਿਸਾਨ ਜਿਤਾ ਰਹੇ ਨੇ ਦੁੱਖ। ਅਤੇ ਮਾਲਵਾ ਸੱਭਿਆਚਾਰਕ ਮੰਚ ਪੰਜਾਬ ਵੱਲੋਂ ਲੁਧਿਆਣਾ ਵਿੱਚ ਕੁੜੀਆਂ ਦੀ ਲੋਹੜੀ ਦੇ ਮੇਲੇ ਦੀ ਕੀਤੀ ਗਈ ਸ਼ੁਰੂਆਤ। 24ਵੇਂ ਲੋਹੜੀ ਮੇਲੇ ਵਿੱਚ ਵੀ ਕੀਤਾ ਜਾਏਗਾ ਮੰਨੀਆਂ ਪ੍ਰਮੰਨੀਆਂ ਸ਼ਖਸੀਅਤਾਂ ਦਾ ਸਨਮਾਨ। ਅਤੇ ਹੁਣ ਸੁਰਖੀਆਂ ਦਾ ਵਿਸਥਾਰ ਕਰਾਂਗੇ ਅਤੇ ਪਹਿਲਾਂ ਗੱਲ ਕਰਾਂਗੇ ਪੰਜਾਬ ਦੇ ਸਨਅਤੀ ਸ਼ਹਿਰ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਦੀ, ਜਿਨ੍ਹਾਂ ਵਿਦੇਸ਼ਾਂ ਵਿੱਚ ਉਸ ਫੈਸਲੇ 'ਤੇ ਆਪਣੀ ਟਿੱਪਣੀ ਕੀਤੀ ਹੈ ਜਿਸ ਫੈਸਲੇ ਰਾਹੀਂ ਵਿਦੇਸ਼ਾਂ ਵਿੱਚ ਵੱਖ ਵੱਖ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਭਾਰਤ ਦੇ ਅਧਿਕਾਰੀਆਂ ਅਤੇ ਰਾਜਦੂਤਾਂ ਦੀ ਪਾਬੰਦੀ ਦੀ ਗੱਲ ਕੀਤੀ ਗਈ ਹੈ। ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਅਗਰ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਨੂੰ ਕਿਸੇ ਗੱਲ 'ਤੇ ਚਿੰਤਾ ਹੈ ਤਾਂ ਮਿਲ ਬੈਠ ਕੇ ਇਸ ਮਸਲੇ ਦਾ ਹੱਲ ਕੱਢਿਆ ਜਾ ਸਕਦਾ ਹੈ। ਰਵਨੀਤ ਬਿੱਟੂ ਨੇ ਕਿਹਾ ਕਿ ਗੁਰਦੁਆਰਾ ਸਾਹਿਬਾਨਾਂ ਵਿੱਚ ਕਿਸੇ ਵੀ ਧਰਮ ਜਾਂ ਕਿਸੇ ਵੀ ਜਾਤੀ ਦਾ ਵਿਅਕਤੀ ਆ ਜਾ ਸਕਦਾ ਹੈ। ਉੱਧਰ ਪੰਜਾਬ ਦੀ ਕਰਜ਼ਾ ਮਾਫ਼ੀ ਨੂੰ ਵਧਾ ਚੜ੍ਹਾ ਕੇ ਪੇਸ਼ ਕਰਨ ਦੇ ਮੁੱਦੇ 'ਤੇ ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ BJP ਅਤੇ ਆਮ ਆਦਮੀ ਪਾਰਟੀ ਸਿਰਫ ਇਸ ਕਰਕੇ ਕਾਂਗਰਸ ਦਾ ਵਿਰੋਧ ਕਰ ਰਹੇ ਨੇ ਕਿਉਂਕਿ ਉਹਨਾਂ ਕੋਲ ਕੋਈ ਮੁੱਦਾ ਨਹੀਂ ਹੈ। ਰਵਨੀਤ ਬਿੱਟੂ ਨੇ ਕਿਹਾ ਕਿ ਕੈਪਟਨ ਅਮਰਿੰਦਰ ਦੀ ਕਰਜ਼ਾ ਮਾਫ਼ੀ ਯੋਜਨਾ ਇਤਿਹਾਸਿਕ ਯੋਜਨਾ ਹੈ ਅਤੇ ਭਵਿੱਖ ਵਿੱਚ ਦੁਨੀਆ ਭਰ ਵਿੱਚ ਵੱਖ ਵੱਖ ਰਾਜਨੀਤਿਕ ਲੀਡਰ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਯੋਜਨਾ ਦੇ ਲਈ ਯਾਦ ਕਰਨਗੇ। ਗੈਰ ਕਾਨੂੰਨੀ ਮਾਈਨਿੰਗ ਦੇ ਮੁੱਦੇ ਵਿੱਚ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਸਰਕਾਰ ਜਿੱਥੇ ਵੀ ਸ਼ਿਕਾਇਤ ਮਿਲਦੀ ਹੈ ਉੱਥੇ ਕਾਰਵਾਈ ਕਰਦੀ ਹੈ। ਵਿਰੋਧੀ ਧਿਰਾਂ ਸਿਰਫ ਵਿਰੋਧ ਦੇ ਕਰਕੇ ਹੀ ਇਸ ਗੱਲ ਨੂੰ ਮੁੱਦਾ ਬਣਾ ਰਹੀਆਂ ਨੇ। ਰੂਸਾ ਆਲਮ ਵੱਲੋਂ ਮੁੱਖ ਮੰਤਰੀ ਦੇ ਨਿਵਾਸ 'ਤੇ ਰੁਕਣ ਦੇ ਬਾਰੇ ਉੱਪਰ ਉਹਨਾਂ ਨੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਉਹਨਾਂ ਨੇ ਕਿਹਾ ਕਿ ਇਹ ਕੈਪਟਨ ਅਮਰਿੰਦਰ ਸਿੰਘ ਦਾ ਨਿੱਜੀ ਮਾਮਲਾ ਹੈ। ਉੱਧਰ ਟ੍ਰਿਬਿਊਨ ਅਖਬਾਰ ਦੀ ਪੱਤਰਕਾਰ 'ਤੇ ਦਰਜ FIR ਦੇ ਮਾਮਲੇ 'ਤੇ ਬੋਲਦੇ ਹੋਏ ਰਵਨੀਤ ਬਿੱਟੂ ਨੇ ਕਿਹਾ ਕਿ ਇਹ ਮਾਮਲਾ ਗਲਤ ਹੈ ਅਤੇ ਉਹ ਇਸ ਪੂਰੇ ਮਸਲੇ ਨੂੰ ਪਾਰਲੀਮੈਂਟ ਵਿੱਚ ਚੁੱਕਣਗੇ। ਸਾਰੇ ਹੀ ਚਾਹੇ ਮੈਂ ਵੱਡੇ ਅਖਬਾਰ ਕਹਾਂ ਚਾਹੇ ਮੈਂ ਵੱਡੇ ਚੈਨਲਸ ਕਹਾਂ, ਸਭ 'ਤੇ ਇਹ ਗੱਲਾਂ ਜਿਹੜੀਆਂ ਓਪਨਲੀ ਕੈਨੇਡਾ ਦੇ ਵਿੱਚ UK ਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਅਸੀਂ ਖਾਸ ਤੌਰ 'ਤੇ ਇੰਡੀਅਨ ਕੌਂਸਲੇਟ ਅਤੇ ਜਿੰਨੇ ਵੀ ਰੀਪ੍ਰਜੈਂਟੇਟਿਵ ਨੇ ਸਾਡੇ ਹਿੰਦੁਸਤਾਨ ਸਰਕਾਰ ਦੇ ਉਹਨਾਂ ਨੂੰ ਅਸੀਂ ਗੁਰਦੁਆਰਿਆਂ 'ਚ ਜਾਣੋਂ ਬੈਨ ਕੀਤਾ। ਇਹ ਖਾਸ ਤੌਰ 'ਤੇ ਸਾਡੇ ਪੰਜਾਬੀਆਂ ਲਈ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ, ਬਹੁਤ ਗੰਭੀਰ ਮਾਮਲਾ ਹੈ ਕਿਉਂਕਿ ਆਪਣੇ ਤਾਂ ਮੈਂ ਕੱਲ੍ਹ ਵੀ ਇਹ ਗੱਲ ਕਹੀ ਸੀ ਵੀ ਲਗਾਤਾਰ ਹਰ ਘਰ 'ਚੋਂ ਮੈਂ ਸਮਝਦਾ ਆਪਣੇ NRI ਅਤੇ ਤਕਰੀਬਨ NRI
ਹਜ਼ਾਰਾਂ ਦੀ ਗਿਣਤੀ 'ਚ ਸੈਂਕੜੇ ਜਹਾਜ਼ ਨੇ ਜਿਹੜੇ NRI ਦੇ ਰੋਜ਼ ਅੰਮ੍ਰਿਤਸਰ ਦਿੱਲੀ ਉਹ ਸਾਡੇ ਪੰਜਾਬੀਆਂ ਦੇ ਉੱਤਰਦੇ ਆ। ਅਤੇ ਇਸ ਗੱਲ ਦਾ ਬੜਾ ਚਿੰਤਾ ਹੈ ਵੀ ਕਿਉਂ ਆਪਸੀ ਸਰਕਾਰਾਂ ਦੇ ਵਿੱਚ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਰਿਸ਼ਤਿਆਂ 'ਚ ਕਿਉਂ ਇਹ ਫਰਕ ਪਿਆ। ਜਿੱਦਣ ਟ੍ਰਿਬਿਊਨ ਅਖਬਾਰ ਨੇ, ਮੈਂ ਇਹ ਗੱਲ ਕਹਿਣੀ ਚਾਹੁੰਦਾ, ਟ੍ਰਿਬਿਊਨ ਅਖਬਾਰ ਨੇ ਇਹ ਗੱਲ ਫਰੰਟ ਪੇਜ 'ਤੇ ਵੀ 500 ਰੁਪਏ ਦੇ ਵਿੱਚ 50,000 ਆਧਾਰ ਖਾਤਿਆਂ ਦਾ ਜਿਹੜਾ ਇਹ ਉਹ ਤੁਸੀਂ ਉਹਦਾ ਸਾਰੇ ਦਾ ਸਾਰਾ ਰਿਕਾਰਡ ਲੈ ਸਕਦੇ ਹੋ, ਜਿੱਥੇ ਕਿ ਇਹ ਕਿਹਾ ਵੀ ਆਧਾਰ ਨਾਲ ਆਪਣੀ ਹਰ ਚੀਜ਼, ਬੈਂਕ ਖਾਤੇ ਉਹਦੇ ਨਾਲ ਜੁੜਨੇ ਆ, ਹੋਰ ਸਾਰੀਆਂ ਚੀਜ਼ਾਂ ਹੈ, ਹਰ ਚੀਜ਼ ਆਧਾਰ ਦੇ ਨਾਲ ਲਿੰਕ ਹੋਣੀ ਹੈ। ਅਤੇ ਉਹ 500 ਰੁਪਏ ਨਾਲ ਜਾਂ 5,000 ਰੁਪਏ ਨਾਲ 50,000 ਲੋਕਾਂ ਦੇ ਖਾਤਿਆਂ ਬਾਰੇ ਆਧਾਰ ਸਭ ਨੂੰ ਪਤਾ ਲੱਗ ਜਾਵੇ ਤਾਂ ਉਹ ਬਹੁਤ ਹੀ ਨਿੰਦਣਯੋਗ ਗੱਲ ਆ। ਹੁਣ ਗੱਲ ਕਰਾਂਗੇ ਸ਼ਹਿਰ ਮੋਗਾ ਦੀ, ਜਿੱਥੋਂ ਦੇ ਇੱਕ ਸਾਬਕਾ ਕੌਂਸਲਰ ਬਲਵੀਰ ਸਿੰਘ, ਉਹਨਾਂ ਦੀ ਮ੍ਰਿਤਕ ਦੇ ਗੰਦੇ ਨਾਲੇ ਦੇ ਵਿੱਚੋਂ ਬਰਾਮਦ ਹੋਈ ਹੈ। ਕਾਬਲੇ ਜ਼ਿਕਰ ਹੈ ਕਿ ਬਲਬੀਰ ਸਿੰਘ ਵਾਰਡ ਨੰਬਰ 25 ਦੇ ਸਾਬਕਾ ਕੌਂਸਲਰ ਦੱਸੇ ਜਾ ਰਹੇ ਨੇ। ਉਹ ਕੱਲ੍ਹ ਤੋਂ ਲਾਪਤਾ ਸੀ ਪਰ ਅੱਜ ਮੋਗਾ ਸ਼ਹਿਰ ਦੇ ਬਾਹਰ ਵਗਦੇ ਗੰਦੇ ਨਾਲੇ ਵਿੱਚ ਇੱਕ ਅਣਪਛਾਤੀ ਲਾਸ਼ ਮਿਲਣ 'ਤੇ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਸ਼ੁਰੂਆਤੀ ਜਾਂਚ ਵਿੱਚ ਇਹ ਮ੍ਰਿਤਕ ਦੇ ਅਣਜਾਣ ਵਿਅਕਤੀ ਦੀ ਸਮਝੀ ਜਾ ਰਹੀ ਸੀ। ਪਰ ਜਦੋਂ ਪਰਿਵਾਰ ਦੇ ਲੋਕ ਮੌਕੇ 'ਤੇ ਪਹੁੰਚੇ ਅਤੇ ਉਹਨਾਂ ਵੱਲੋਂ ਸ਼ਨਾਖਤ ਕੀਤੀ ਗਈ, ਜਿਸ ਤੋਂ ਬਾਅਦ ਪਤਾ ਲੱਗਿਆ ਕਿ ਇਹ ਲਾਸ਼ ਬਲਵੀਰ ਸਿੰਘ ਦੀ ਹੈ, ਜਿਹੜੇ ਕਿ ਮੋਗਾ ਦੇ ਵਾਰਡ ਨੰਬਰ 25 ਦੇ ਸਾਬਕਾ ਕੌਂਸਲਰ ਨੇ। ਫਿਲਹਾਲ ਪੁਲਿਸ ਵੱਲੋਂ ਮ੍ਰਿਤਕ ਦੇਹ ਨੂੰ ਕਬਜ਼ੇ ਵਿੱਚ ਲੈ ਕੇ ਇਸ ਮਾਮਲੇ ਵਿੱਚ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪੀ ਜਾਏਗੀ। ਸਾਨੂੰ ਪਹਿਲਾਂ ਅਨਨੋਨ ਸੀ ਬੰਦਾ ਜੀ, ਹੁਣ ਜਦੋਂ ਅਸੀਂ ਇਹ ਲਾਸ਼ ਕੱਢੀ ਹੈ ਜੀ ਅਤੇ ਹੁਣ ਇਹਦੀ ਜਦੋਂ ਸ਼ਨਾਖਤ ਕੀਤੀ ਜੀ, ਇੱਥੋਂ MC ਹੈ ਜੀ। ਕਿਹੜੇ ਵਾਰਡ ਦਾ MC ਹੈ ਜੀ? ਸਿੰਘ MC ਹੈ ਜੀ, 24 ਨੰਬਰ ਵਾਰਡ ਦਾ ਜੀ, ਪ੍ਰੀਤ ਨਗਰ ਮੋਗਾ ਦਾ। ਪਾਗ ਲੋ ਕੀ ਕਾਰਵਾਈ ਹੈ ਜੀ? ਇਹ ਤਾਂ ਹਜੇ ਉਹਨਾਂ ਨੇ ਵਾਪਸ ਆ ਰਿਹਾ ਜੀ, ਅੱਗੇ ਜੋ ਕਹਿਣਗੇ ਗੱਲ ਉਹੀ ਕਾਰਵਾਈ ਹੋਏਗੀ। ਪੰਜਾਬ ਸਰਕਾਰ ਦੀ ਕਰਜ਼ ਮਾਫ਼ੀ ਦੀ ਯੋਜਨਾ ਦਾ ਵੱਡਾ ਪ੍ਰਚਾਰ ਕੀਤਾ ਗਿਆ। ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਨੇ ਥਾਂ ਥਾਂ ਫਾਰਮ ਭਰਵਾਏ ਅਤੇ ਪੰਜਾਬ ਦੇ ਕਿਸਾਨਾਂ ਨੂੰ ਲਾਰਾ ਲਾਇਆ ਕਿ ਸਮੁੱਚੀ ਕਿਸਾਨੀ ਦਾ ਕਰਜ਼ਾ ਮਾਫ਼ ਕੀਤਾ ਜਾਏਗਾ, ਪਰ ਅਜਿਹਾ ਨਹੀਂ ਹੋ ਸਕਿਆ। ਵਿੱਤੀ ਸੰਕਟ ਦਾ ਹਵਾਲਾ ਦੇ ਕੇ ਚਰਨਬੱਧ ਢੰਗ ਤਰੀਕੇ ਨਾਲ ਮਨਪ੍ਰੀਤ ਬਾਦਲ ਅਤੇ ਕੈਪਟਨ ਅਮਰਿੰਦਰ ਨੇ ਕਰਜ਼ਾ ਮਾਫ਼ੀ ਦੀ ਗੱਲ ਕੀਤੀ, ਪਰ ਹੁਣ ਕਰਜ਼ਾ ਮਾਫ਼ੀ ਦੇ ਨਾਲ ਨਾਲ ਕੁਝ ਅਜਿਹੇ ਮਾਮਲੇ ਸਾਹਮਣੇ ਆ ਰਹੇ ਨੇ ਜਿਨ੍ਹਾਂ ਨੇ ਇਸ ਯੋਜਨਾ 'ਤੇ ਸਵਾਲ ਖੜ੍ਹੇ ਕਰ ਦਿੱਤੇ ਨੇ। ਕੱਲ੍ਹ ਅਸੀਂ ਤੁਹਾਨੂੰ ਇੱਕ ਰਿਪੋਰਟ ਵਿਖਾਈ ਸੀ ਕਿ ਕਿਵੇਂ ਸੰਗਰੂਰ ਦੀ ਇੱਕ ਬੀਬੀ ਜਸਵੰਤ ਕੌਰ ਦਾ ਸਿਰਫ 291 ਰੁਪਏ ਕਰਜ਼ਾ ਮਾਫ਼ ਹੋਇਆ। ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿਵੇਂ ਸੰਗਰੂਰ ਦੇ ਹੀ ਕੋਲਸੇੜੀ ਪਿੰਡ ਵਿੱਚ ਜਸਵੀਰ ਸਿੰਘ ਨਾਂ ਦੇ ਇੱਕ ਕਿਸਾਨ ਦਾ ਸਿਰਫ 5 ਰੁਪਏ ਦਾ ਕਰਜ਼ਾ ਮਾਫ਼ ਹੋਇਆ। ਜਸਵੀਰ ਸਿੰਘ ਕਰਜ਼ਾ ਮਾਫ਼ੀ ਦੇ ਵੱਡੇ ਸੁਫਨੇ ਪਾਲ ਰਿਹਾ ਸੀ, ਪਰ ਜਸਵੀਰ ਸਿੰਘ ਨੂੰ ਗਹਿਰਾ ਧੱਕਾ ਲੱਗਿਆ ਜਦੋਂ ਲਿਸਟ ਵਿੱਚ ਉਸਦੇ ਨਾਂ ਹੇਠ ਸਿਰਫ 5 ਰੁਪਏ ਦੇ ਕਰਜ਼ਾ ਮਾਫ਼ੀ ਨੂੰ ਦਰਸਾਇਆ ਗਿਆ। ਜਸਵੀਰ ਸਿੰਘ ਨੇ ਦੱਸਿਆ ਕਿ ਪਿੰਡ ਵਿੱਚ 21 ਲੋਕਾਂ ਦੇ ਨਾਂ ਦੀ ਲਿਸਟ ਲੱਗੀ ਅਤੇ 11ਵੇਂ ਨੰਬਰ 'ਤੇ ਉਹਨਾਂ ਦੇ ਨਾਂ ਅੱਗੇ ਸਿਰਫ 5 ਰੁਪਏ ਮੁਆਫ਼ੀ ਦੀ ਗੱਲ ਸਾਹਮਣੇ ਆਈ। ਉੱਧਰ ਜਸਵੀਰ ਦੇ ਪਿਤਾ ਬਲਵੀਰ ਸਿੰਘ ਨੇ ਦੱਸਿਆ ਕਿ ਘਰ ਵਿੱਚ 3 ਲੋਕ ਨੇ ਜਿਨ੍ਹਾਂ 'ਤੇ ਬੈਂਕ ਦੇ ਲਗਭਗ 65,000 ਰੁਪਏ ਕਰਜ਼ੇ ਦੇ ਨੇ। ਉਹਨਾਂ ਕਿਹਾ ਕਿ ਸਾਡੇ ਕੋਲ ਕੁੱਲ 4.5 ਏਕੜ ਦੇ ਕਰੀਬ ਜ਼ਮੀਨ ਹੈ ਔਰ ਸਰਕਾਰ ਨੇ ਸਿਰਫ 5 ਰੁਪਏ ਮਾਫ਼ ਕਰਕੇ ਸਾਡੇ ਨਾਲ ਵੱਡਾ ਮਜ਼ਾਕ ਕੀਤਾ। ਉਹਨਾਂ ਕਿਹਾ ਕਿ ਅਸੀਂ ਲੋਨ ਲੈ ਕੇ ਵੀ ਕੰਮ ਨਹੀਂ ਕਰ ਸਕਦੇ। ਜਸਵੀਰ ਸਿੰਘ ਦੇ ਪੁੱਤਰ ਦੇ ਮੁਤਾਬਕ ਉਹਨਾਂ ਦਾ ਪੁੱਤ ਦਿਹਾੜੀ ਕਰਦਾ ਹੈ ਅਤੇ ਜ਼ਮੀਨ ਬਹੁਤ ਘੱਟ ਹੈ ਅਤੇ 5 ਰੁਪਏ ਦੇ ਕਰਜ਼ਾ ਮਾਫ਼ੀ ਨਾਲ ਅਸੀਂ ਮਾਨਸਿਕ ਤੌਰ 'ਤੇ ਦਬਾਅ ਦੇ ਵਿੱਚ ਹਾਂ। ਉੱਧਰ ਇਸੇ ਪਿੰਡ ਦੇ ਹੀ ਹਾਕਮ ਸਿੰਘ ਨੇ ਕਿਹਾ ਕਿ ਉਹਨਾਂ ਕੋਲ 2.5 ਏਕੜ ਜ਼ਮੀਨ ਹੈ
ਅਤੇ 67,000 ਦਾ ਕਰਜ਼ ਹੈ, ਪਰ ਸਰਕਾਰ ਨੇ ਉਹਨਾਂ ਦਾ ਕਰਜ਼ ਮਾਫ਼ ਨਹੀਂ ਕੀਤਾ ਅਤੇ ਉਹਨਾਂ ਦਾ ਨਾਮ ਵੀ ਸੂਚੀ ਦੇ ਵਿੱਚ ਨਹੀਂ ਪਾਇਆ। ਉੱਧਰ ਸੁਸਾਇਟੀ ਦੇ ਸਕੱਤਰ ਦਾ ਕਹਿਣਾ ਹੈ ਕਿ ਸਰਕਾਰ ਨੂੰ ਸੂਚੀ ਭੇਜੀ ਗਈ ਸੀ, ਇਹ ਫੈਸਲੇ ਵੱਡੇ ਅਧਿਕਾਰੀਆਂ ਦੇ ਨੇ, ਜੇ ਕਿਤੇ ਕਮੀ ਰਹਿ ਗਈ ਤਾਂ ਦਰੁਸਤ ਕਰ ਦਿਆਂਗੇ। ਸਾਡੀਆਂ ਤਿੰਨਾਂ ਕਾਪੀਆਂ 'ਤੇ ਜੀ ਤਕਰੀਬਨ 63,000 ਰੁਪਇਆ ਕਰਜ਼ਾ ਜੀ, ਜਿਹਦੇ ਵਿੱਚੋਂ 5 ਰੁਪਏ ਸਾਡੇ ਮਾਫ਼ ਕੀਤੇ ਨੇ ਜੀ, ਅਤੇ ਤਕਰੀਬਨ ਸਾਡੇ ਕੋਲ 4-4.5 ਏਕੜ ਜ਼ਮੀਨ ਹੈ ਜੀ ਤਿੰਨਾਂ ਕਾਪੀਆਂ 'ਤੇ। ਸਾਨੂੰ ਬਹੁਤ ਦੁੱਖ ਹੈ ਜੀ, ਇਹ ਲੱਖਾਂ ਰੁਪਈਆਂ ਦਾ ਕਰਜ਼ਾ ਕਹਿ ਕੇ ਸਾਡਾ 5 ਰੁਪਏ ਸਿਰਫ ਇਹਨਾਂ ਨੇ ਮਾਫ਼ ਕੀਤੇ ਨੇ, ਨਾ ਹੁਣ ਸਾਡਾ ਦੁਬਾਰੇ ਦੇ ਵਿੱਚ ਨਾਮ ਆ ਸਕਦਾ ਜੀ। ਅਸੀਂ ਸਰਕਾਰ ਤੋਂ ਬਹੁਤ ਦੁਖੀ ਹਾਂ ਜੀ। ਜਿਹੜਾ ਕਿਸਾਨ ਨੇ ਬਹੁਤ ਜ਼ਿਆਦਾ, ਜਾਣੀ ਛੋਟੇ ਕਿਸਾਨ ਨੇ ਜ਼ਿਆਦਾ, ਉਹ ਮੌਸਮ ਆਪਦਾ ਟਾਈਮ ਪਾਸ ਕਰਦੇ ਨੇ। ਜਾਣੀ ਕਿ ਸਾਡੇ 21 ਬੰਦਿਆਂ ਦੀ ਲਿਸਟ ਲਾਈ ਇਹਨਾਂ ਨੇ ਜਿਹੜੇ ਕਰਜ਼ਾ ਮਾਫ਼ੀ ਦੀ, ਉਹਦੇ ਵਿੱਚੋਂ ਵੀ ਇੱਕ ਜਣੇ ਦਾ ਮਜ਼ਾਕ ਕਿਸਾਨਾਂ ਨਾਲ ਮਜ਼ਾਕ ਕਰਿਆ, 5 ਰੁਪਏ ਦੀ ਲਾਈ ਹੈ, ਅਤੇ ਕੁਛ ਜਿਹੜੇ ਬਹੁਤ ਜ਼ਿਆਦਾ ਨੇ ਉਹ 20,000 ਤੋਂ ਘੱਟ ਘੱਟ ਵਾਲੇ ਨੇ। ਸਾਡੇ ਪਿੰਡ ਲਗਭਗ ਮੇਰੇ ਹਿਸਾਬ ਨਾਲ ਵੀ 100 ਕਿਸਾਨ ਇਹੋ ਜਿਹਾ ਰਹਿ ਗਿਆ ਹੋਊਗਾ ਵੀ ਜਿਨ੍ਹਾਂ ਦੇ 8-10 ਵਿਘੇ ਜ਼ਮੀਨ ਮਸਾਂ, ਉਹਨਾਂ ਦੇ ਵੀ ਕਰਜ਼ੇ ਮਾਫ਼ ਹੋਣੇ ਚਾਹੀਦੇ ਨੇ। ਇਹ ਗੌਰਮੈਂਟ ਨੇ ਮਜ਼ਾਕ ਕਰਿਆ, ਇੱਕ ਕਿਸਾਨ ਦੇ 5 ਰੁਪਏ ਕਰੇ ਨੇ, ਉਹ ਵੀ ਉਹਦੇ ਨਾਲ ਲਿਸਟ ਲਾਤੀ, ਉਹ ਵੀ ਮਜ਼ਾਕ ਆ ਉਹਦੇ ਨਾਲ। ਸੀ ਜੀ ਜਿਹੜੀ ਇਹ ਕਰਜ਼ਾ ਮਾਫ਼ੀ ਸਕੀਮ ਹੈ ਨਾ ਜੀ, ਇਹ ਮਤਲਬ ਜਿਹੜਾ ਬੈਲੈਂਸ ਹੈ 31 ਮਾਰਚ 2017 ਦਾ ਹੀ ਲੈਣਾ ਸੀਗਾ, ਅਤੇ ਉਸ ਬੰਦੇ ਦਾ ਜਿਹੜਾ ਬੈਲੈਂਸ 31/3/2017 ਨੂੰ 5 ਰੁਪਏ ਹੀ ਖੜਾ ਸੀ, ਇਸ ਕਰਕੇ ਉਹ ਲਿਸਟ ਦੇ ਵਿੱਚ ਉਹ 5 ਰੁਪਏ ਜਾਣੇ ਸੀ, ਉਹ ਜਿਹੜਾ ਉਹ ਬਾਅਦ ਦੇ ਵਿੱਚ ਐਡਵਾਂਸਮੈਂਟ ਹੋਈ ਹੈ ਉਸਨੂੰ। ਜਿਹੜੀ ਕਰਜ਼ਾ ਮਾਫ਼ੀ ਦੀ ਸਕੀਮ ਪੰਜਾਬ ਸਰਕਾਰ ਵੱਲੋਂ ਚੱਲ ਰਹੀ ਹੈ, ਉਹਦੇ ਤਹਿਤ ਜਿਹੜੀ ਪਹਿਲੀ ਲਿਸਟ ਹੈ ਉਹ ਪਿੰਡਾਂ ਵਿੱਚ ਲਗਾਈ ਗਈ ਹੈ। ਉਹ ਲਿਸਟ ਲਗਾਉਣ ਦਾ ਮੰਤਵ ਇਹ ਸੀਗਾ ਕਿ ਉਸ ਲਿਸਟ ਵਿੱਚ ਜੇ ਕੋਈ ਵੀ ਕਮੀ ਹੈ, ਕੋਈ ਊਣਤਾਈ ਹੈ, ਤਾਂ ਉਹ ਸਾਡੇ ਧਿਆਨ ਵਿੱਚ ਲਿਆਈ ਜਾਵੇ ਤਾਂ ਜੋ ਉਹ ਦੂਰ ਹੋ ਸਕੇ। ਅਤੇ ਮੈਂ ਸਰ ਕਿਸਾਨ ਵੀਰਾਂ ਨੂੰ ਇਹ ਵੀ ਦੱਸਣਾ ਚਾਹੁੰਦਾ ਕਿ ਇਸ ਲਿਸਟ ਤੋਂ ਬਾਅਦ ਇਹ ਲਿਸਟ ਫਾਈਨਲ ਨਹੀਂ ਹੈ, ਇੱਕ ਹੋਰ ਲਿਸਟ ਆ ਰਹੀ ਹੈ, ਉਹ ਵੀ ਦੇਖ ਲੈਣ, ਉਹਦੇ ਵਿੱਚ ਹੋ ਸਕਦਾ ਉਹਨਾਂ ਦਾ ਨਾਮ ਹੋਵੇ। ਅਤੇ ਜੇ ਫਿਰ ਵੀ ਉਹਨਾਂ ਨੂੰ ਕੋਈ ਲੱਗਦਾ ਕਿ ਫਿਰ ਵੀ ਕਿਤੇ ਕਮੀ ਰਹਿ ਗਈ, ਉਹਨਾਂ ਦਾ ਨਾਮ ਨਹੀਂ ਹੈ, ਤਾਂ ਉਹ ਆਪਦਾ ਰਿਟਰਨ ਜਿਹੜਾ ਆਪਦਾ ਕਲੇਮ ਹੈ ਜਾਂ ਓਬਜੈਕਸ਼ਨ ਹੈ ਉਹ ਸਾਨੂੰ ਦੇ ਸਕਦੇ ਨੇ। ਅਤੇ ਹੁਣ ਗੱਲ ਕਰਦੇ ਹਾਂ ਸਨਅਤੀ ਸ਼ਹਿਰ ਲੁਧਿਆਣਾ ਦੀ, ਜਿੱਥੇ ਪੁਲਿਸ ਨੇ ਇੱਕ ਗਰੋਹ ਦੇ 4 ਮੈਂਬਰਾਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ। ਪੁਲਿਸ ਨੇ ਇਸ ਗਰੋਹ ਦੇ 4 ਮੈਂਬਰਾਂ 'ਤੇ ਸਨਸਨੀਖੇਜ਼ ਇਲਜ਼ਾਮ ਲਾਏ ਨੇ। ਪੁਲਿਸ ਦੇ ਮੁਤਾਬਕ ਇਹ ਫੇਸਬੁੱਕ ਤੋਂ ਨਾਮ ਅਤੇ ਪਤੇ ਚੋਰੀ ਕਰਦੇ ਸਨ ਅਤੇ ਫਰਜ਼ੀ ਦਸਤਾਵੇਜ਼ ਤਿਆਰ ਕਰਕੇ ਵੱਖ ਵੱਖ ਵਾਹਨਾਂ ਦੀ ਫਾਈਨੈਂਸਿੰਗ ਕਰਵਾ ਕੇ ਆਮ ਲੋਕਾਂ ਨਾਲ ਧੋਖਾਧੜੀ ਕਰਦੇ ਸਨ। ਪੁਲਿਸ ਦੇ ਮੁਤਾਬਕ ਇਸ ਗਰੋਹ ਦੇ 4 ਹੋਰ ਮੈਂਬਰ ਹਾਲੇ ਤੱਕ ਫਰਾਰ ਨੇ। ਪੁਲਿਸ ਨੇ ਇਹਨਾਂ ਦੇ ਕਬਜ਼ੇ ਤੋਂ 47 ਵਹੀਕਲ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ, ਜਿਨ੍ਹਾਂ ਦੀ ਕੀਮਤ ਲਗਭਗ 22,20,000 ਰੁਪਏ ਦੱਸੀ ਜਾ ਰਹੀ ਹੈ। ਪੁਲਿਸ ਦੇ ਮੁਤਾਬਕ ਇਹ ਲੋਕ ਮਿਲੀ ਭਗਤ ਕਰਕੇ ਫੇਸਬੁੱਕ ਤੋਂ ਨਾਮ ਅਤੇ ਪਤੇ ਲੈ ਕੇ ਫਰਜ਼ੀ ਦਸਤਾਵੇਜ਼ਾਂ ਦੇ ਸਹਾਰੇ ਬੈਂਕ ਕਰਮਚਾਰੀਆਂ ਦੀ ਮਦਦ ਦੇ ਨਾਲ ਵਾਹਨ ਫਾਈਨਾਂਸ ਕਰਕੇ ਭੋਲੇ ਭਾਲੇ ਲੋਕਾਂ ਨੂੰ ਸਸਤੇ ਮੁੱਲ 'ਤੇ ਵੇਚ ਕੇ ਉਹਨਾਂ ਤੋਂ ਪੈਸਾ ਠੱਗ ਲੈਂਦੇ ਸਨ ਅਤੇ ਆਪਸ ਵਿੱਚ ਵੰਡ ਲੈਂਦੇ ਸਨ। ਆਓ ਸੁਣਦੇ ਹਾਂ ਲੁਧਿਆਣੇ ਦੇ ਪੁਲਿਸ ਕਮਿਸ਼ਨਰ RN ਟੋਕੇ ਦੀ ਪੂਰੀ ਗੱਲ। ਲੁਧਿਆਣਾ ਪੁਲਿਸ ਨੇ 4 ਲੋਕਾਂ ਨੂੰ ਅਰੈਸਟ ਕੀਤਾ ਹੈ, ਜਿਨ੍ਹਾਂ ਕੋਲੋਂ 37 ਵਹੀਕਲਸ, ਮੋਟਰਸਾਈਕਲ, ਸਕੂਟਰ ਬਰਾਮਦ ਕੀਤੇ ਹੈਗੇ। ਇਹਨਾਂ ਦਾ ਤਰੀਕਾ ਇਹ ਸੀ ਕਿ ਇਹ ਡਾਊਨ ਪੇਮੈਂਟ ਦੇ ਕੇ, 15,000 ਦਾ ਡਾਊਨ ਪੇਮੈਂਟ ਦੇ ਕੇ ਇਹ ਸ਼ੋਰੂਮ ਤੋਂ ਗੱਡੀ ਕਢਾਉਂਦੇ ਸੀਗੇ ਅਤੇ ਜਾਲੀ ਕਾਗਜ਼ਾਤ ਬਣਾ ਕੇ ਉਹ ਬੈਂਕ ਇੰਪਲੋਈਜ਼ ਤੋਂ ਵੈਰੀਫਾਈ ਕਰਾਉਂਦੇ ਸੀ। ਔਰ ਇਸ ਤਰ੍ਹਾਂ ਇਹਨਾਂ ਨੇ ਸ਼ਹਿਰ ਦੇ ਵਿੱਚ ਘੱਟ ਤੋਂ ਘੱਟ 150 ਵਹੀਕਲ ਇਹਨਾਂ ਨੇ ਸਪਲਾਈ ਕੀਤੇ ਹੈ। 150 ਵਹੀਕਲ ਵਿੱਚੋਂ ਅਸੀਂ 37 ਵਹੀਕਲਸ ਬਰਾਮਦ ਕੀਤੇ ਹੈਗੇ। ਇਹਦੇ ਵਿੱਚ 2 ਇੰਪਲੋਈਜ਼ SDFC ਬੈਂਕ ਦੇ ਵੀ ਹੈ, ਅਸੀਂ ਉਹਨਾਂ ਨੂੰ ਅਰੈਸਟ ਕਰਨਾ ਹੈਗਾ। ਅਤੇ ਇੱਕ ਵਿਅਕਤੀ ਉਹ ਹੈਗਾ ਕਿ ਜਿਹੜਾ ਕਿ ਜਾਲੀ ਕਾਗਜ਼ਾਤ ਬਣਾਉਂਦਾ ਸੀ।
ਇਹ ਜਿਹੜਾ ਸਾਰਾ ਕੰਮ ਡੀ ਸੀ ਪੀ ਇਨਵੈਸਟੀਗੇਸ਼ਨ ਇਹਨਾਂ ਦੀ ਟੀਮ ਨੇ ਕੀਤਾ ਹੈ, ਔਰ ਸਾਨੂੰ ਉਮੀਦ ਹੈ ਕਿ ਬਾਕੀ ਜਦੋਂ ਬੰਦੇ ਫੜੇ ਜਾਣਗੇ ਉਹਨਾਂ ਕੋਲੋਂ ਅਸੀਂ ਔਰ ਵਹੀਕਲ ਬਰਾਮਦ ਕਰਾਂਗੇ। ਉਧਰ ਪਾਕਿਸਤਾਨ ਦੀ ਕਰਾਚੀ ਜੇਲ੍ਹ ਵਿੱਚੋਂ ਛੱਡੇ ਗਏ 147 ਭਾਰਤੀ ਮਛੁਆਰੇ ਅਟਾਰੀ ਸਰਹੱਦ ਰਾਹੀਂ ਭਾਰਤ ਵਾਪਸ ਪੁੱਜ ਚੁੱਕੇ ਨੇ, ਜਿਸ ਤੋਂ ਬਾਅਦ ਸਾਰੇ ਕਾਫੀ ਸੰਤੁਸ਼ਟੀ ਮਹਿਸੂਸ ਕਰ ਰਹੇ ਨੇ। ਇਹਨਾਂ ਮਛੁਆਰਿਆਂ ਦੇ ਵਿੱਚੋਂ ਜ਼ਿਆਦਾਤਰ ਗੁਜਰਾਤ ਦੇ ਰਹਿਣ ਵਾਲੇ ਨੇ, ਸਾਰੇ ਵਤਨ ਵਾਪਸੀ 'ਤੇ ਖੁਸ਼ ਨੇ, ਉਹਨਾਂ ਦੇ ਚਿਹਰਿਆਂ ਤੋਂ ਖੁਸ਼ੀ ਸਾਫ਼ ਦਿਖ ਰਹੀ ਹੈ। ਸਰਹੱਦ ਪਾਰ ਕਰਕੇ ਭਾਰਤ ਪਹੁੰਚਣ 'ਤੇ ਸਭ ਤੋਂ ਪਹਿਲਾਂ ਇਹਨਾਂ ਕੈਦੀਆਂ ਨੇ ਭਾਰਤ ਦੀ ਧਰਤੀ ਨੂੰ ਚੁੰਮਿਆ। ਪਾਕਿਸਤਾਨ ਜੇਲ੍ਹ ਤੋਂ ਮੁਕਤੀ ਮਿਲਣ 'ਤੇ ਇਹਨਾਂ ਸਾਰਿਆਂ ਨੇ ਕਿਹਾ ਕਿ ਵਤਨ ਵਾਪਸ ਆ ਕੇ ਉਹ ਆਪਣੀ ਖੁਸ਼ੀ ਬਿਆਨ ਨਹੀਂ ਕਰ ਸਕਦੇ। ਕਈਆਂ ਨੇ ਇਹ ਵੀ ਦੱਸਿਆ ਕਿ ਗੁਜਰਾਤ ਦੇ ਕੱਛ ਵਿੱਚ ਮੱਛੀਆਂ ਫੜਦੇ ਫੜਦੇ ਬਹੁਤੇ ਲੋਕ ਗਲਤੀ ਨਾਲ ਪਾਕਿਸਤਾਨ ਦੀ ਸਮੁੰਦਰੀ ਸਰਹੱਦ ਵਿੱਚ ਪਹੁੰਚ ਜਾਂਦੇ ਨੇ, ਕਿਉਂਕਿ ਪਾਣੀ ਦੇ ਖੇਤਰ ਵਿੱਚ ਕੋਈ ਸੀਮਾ ਦੀ ਹੱਦ ਨਹੀਂ ਹੈ। ਪਰ ਦੋਵੇਂ ਦੇਸ਼ਾਂ ਨੂੰ ਇਸ ਦਿਸ਼ਾ ਦੇ ਵਿੱਚ ਹੋਰ ਕਦਮ ਚੱਕੇ ਜਾਣੇ ਚਾਹੀਦੇ ਨੇ। ਕੈਦੀਆਂ ਨੇ ਕਿਹਾ ਕਿ ਪਾਕਿਸਤਾਨ ਦੀ ਸਰਕਾਰ ਨੂੰ ਉਹਨਾਂ ਦੀਆਂ ਕਿਸ਼ਤੀਆਂ ਵੀ ਵਾਪਸ ਕਰਨੀਆਂ ਚਾਹੀਦੀਆਂ ਨੇ, ਜਿਹੜੀਆਂ ਲੱਖਾਂ ਰੁਪਏ ਦੀਆਂ ਹੁੰਦੀਆਂ ਨੇ। ਉਧਰ ਫਤਿਹਗੜ੍ਹ ਸਾਹਿਬ ਵਿੱਚ ਸਾਈਨ ਬੋਰਡਾਂ 'ਤੇ ਪੰਜਾਬੀ ਨੂੰ ਹਾਲੇ ਵੀ ਤਰਜੀਹ ਨਹੀਂ ਦਿੱਤੀ ਜਾ ਰਹੀ, ਜਿਸ ਤੋਂ ਬਾਅਦ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਬਲਜੀਤ ਸਿੰਘ ਪੁੱਟਾ ਨੇ ਸ਼ਹਿਰ ਦਾ ਦੌਰਾ ਕੀਤਾ ਅਤੇ ਉਹਨਾਂ ਕਿਹਾ ਕਿ ਵੱਖ ਵੱਖ ਸਾਈਨ ਬੋਰਡਾਂ 'ਤੇ ਪੰਜਾਬੀ ਭਾਸ਼ਾ ਨੂੰ ਤਰਜੀਹ ਨਾ ਦੇਣਾ ਗਲਤ ਪਰੰਪਰਾ ਹੈ। ਉਹਨਾਂ ਕਿਹਾ ਕਿ ਸਾਈਨ ਬੋਰਡ ਸਿਆਸੀ ਆਗੂਆਂ ਦੀਆਂ ਤਸਵੀਰਾਂ ਦਾ ਸ਼ਿਕਾਰ ਬਣੇ ਹੋਏ ਨੇ। ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਬਲਜੀਤ ਸਿੰਘ ਪੁੱਟਾ ਵੱਲੋਂ ਵੱਖ ਵੱਖ ਥਾਵਾਂ ਦਾ ਦੌਰਾ ਕੀਤਾ ਗਿਆ ਜਿੱਥੇ ਇਹ ਬੋਰਡ ਲੱਗੇ ਨੇ। ਉਹਨਾਂ ਵੱਲੋਂ ਕੁਝ ਸਾਈਨ ਬੋਰਡਾਂ 'ਤੇ ਸਿਆਸੀ ਆਗੂਆਂ ਦੀਆਂ ਤਸਵੀਰਾਂ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ। ਉਹਨਾਂ ਕਿਹਾ ਕਿ ਇਤਿਹਾਸਿਕ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿਖੇ ਸ਼ਹਿਰਾਂ ਅਤੇ ਪਿੰਡਾਂ ਦੇ ਸਾਈਨ ਬੋਰਡਾਂ 'ਤੇ ਪੰਜਾਬੀ ਭਾਸ਼ਾ ਨੂੰ ਵਿਸਾਰਨ ਵਾਲੀਆਂ ਕਾਰਵਾਈਆਂ ਬਹੁਤ ਨਿੰਦਣਯੋਗ ਹੈ। ਇਹਨਾਂ ਸਾਈਨ ਬੋਰਡਾਂ 'ਤੇ ਪੰਜਾਬੀ ਭਾਸ਼ਾ ਵਾਲੀ ਲਾਈਨ ਅੰਗਰੇਜ਼ੀ ਭਾਸ਼ਾ ਵਾਲੀਆਂ ਲਾਈਨਾਂ ਹੇਠਾਂ ਲਿਖੀਆਂ ਹੋਈਆਂ ਨੇ ਅਤੇ ਕਈ ਸਾਈਨ ਬੋਰਡਾਂ 'ਤੇ ਸਥਾਨ ਅਤੇ ਕਿਲੋਮੀਟਰ ਦਰਸਾਉਣ ਦੀ ਬਜਾਏ ਸਿਆਸੀ ਆਗੂਆਂ ਦੀਆਂ ਤਸਵੀਰਾਂ ਨੂੰ ਇਹਨਾਂ ਬੋਰਡਾਂ ਦਾ ਸ਼ਿੰਗਾਰ ਬਣਾਇਆ ਗਿਆ। ਦੂਜੇ ਪਾਸੇ ਆਮ ਲੋਕ ਵੀ ਇਸ ਰਵਾਇਤ ਤੋਂ ਕਾਫੀ ਨਾਰਾਜ਼ ਨਜ਼ਰ ਆਏ। ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਵਿੱਚ ਜੋਤੀ ਸਰੂਪ ਮੋੜ ਦੇ ਨੇੜੇ ਜਿਹੜੇ ਸਾਈਨ ਬੋਰਡ ਲੱਗੇ ਹੋਏ ਨੇ ਦੋਨੇ ਸਾਈਡ, ਚਾਹੇ ਇੱਕ ਮਾਧੋਪੁਰ ਚੌਂਕ ਦੇ ਉੱਤੇ ਜਿਹੜਾ ਸਾਈਨ ਬੋਰਡ ਲੱਗਿਆ ਜਦੋਂ ਪਟਿਆਲੇ ਵੱਲ ਤੋਂ ਆਉਂਦੇ ਹਾਂ ਫਤਿਹਗੜ੍ਹ ਸਾਹਿਬ ਨੂੰ, ਇਹਨਾਂ ਸਾਈਨ ਬੋਰਡਾਂ ਦੇ ਉੱਤੇ ਜਿੱਥੇ ਸਾਡੀ ਪੰਜਾਬ ਦੀ ਜਿਹੜੀ ਮੁੱਖ ਭਾਸ਼ਾ ਪੰਜਾਬੀ ਹੈ, ਔਰ ਉਹ ਪੰਜਾਬੀ ਭਾਸ਼ਾ ਸਾਡੀ ਜਿਹੜੀ ਹੈ ਦੂਜੇ ਨੰਬਰ 'ਤੇ ਹੈ, ਪਹਿਲੇ ਨੰਬਰ 'ਤੇ ਜਿਹੜੀ ਉੱਪਰ ਇੰਗਲਿਸ਼ ਲਿਖੀ ਹੋਈ ਹੈ, ਔਰ ਅਸੀਂ ਇਹਦਾ ਪੁਰਜ਼ੋਰ ਜਿਹੜਾ ਵਿਰੋਧ ਕਰਦੇ ਹਾਂ, ਨਿੰਦਾ ਕਰਦੇ ਹਾਂ ਵੀ ਜਿਹੜੀ ਪ੍ਰਸ਼ਾਸਨ ਨੇ ਹਾਲੇ ਤੱਕ ਵੀ, ਭਾਵੇਂ ਕਿ ਪਿਛਲੇ ਦਿਨੀ ਕਾਫੀ ਇਸ਼ੂ ਬਣਿਆ ਇਸ ਗੱਲ ਨੂੰ ਲੈ ਕੇ ਪੂਰੇ ਪੰਜਾਬ ਦੇ ਵਿੱਚ ਵੀ ਜਿਹੜੀ ਪੰਜਾਬੀ ਭਾਸ਼ਾ ਉਹਨੂੰ ਹਰ ਪੱਖ ਤੋਂ, ਚਾਹੇ ਕਿਤੇ ਕੋਈ ਸਾਈਨ ਬੋਰਡ ਲੱਗਿਆ ਜਾਂ ਕਿਤੇ ਕੋਈ ਦਫ਼ਤਰੀ ਕੰਮ ਕਾਰ ਹੈ, ਉਹਨਾਂ ਦੇ ਉੱਤੇ ਜਿਹੜੀ ਪਹਿਲ ਦਾ ਜਿਹੜਾ ਦਰਜਾ ਪੰਜਾਬੀ ਭਾਸ਼ਾ ਨੂੰ ਮਿਲਣਾ ਚਾਹੀਦਾ। ਪਰ ਬਹੁਤ ਹੀ ਅਫਸੋਸ ਦੀ ਗੱਲ ਹੈ ਕਿ ਫਤਿਹਗੜ੍ਹ ਜ਼ਿਲ੍ਹੇ ਦੇ ਵਿੱਚ ਅਜੇ ਤੱਕ ਵੀ ਜਿਹੜੇ ਸਾਈਨ ਬੋਰਡ ਨੇ ਉਹਨਾਂ ਦੇ ਉੱਤੇ ਕਿਸੇ ਦੇ ਉੱਤੇ ਇੰਗਲਿਸ਼ ਪਹਿਲੇ ਨੰਬਰ 'ਤੇ ਲਿਖੀ ਹੈ, ਪੰਜਾਬੀ ਥੱਲੇ ਲਿਖੀ ਹੋਈ ਹੈ, ਜਾਂ ਕਈ ਅਜਿਹੇ ਬੋਰਡ ਵੀ ਨੇ ਸਾਈਨ ਬੋਰਡ ਜਿੱਥੇ ਲੋਕ ਆ ਕੇ ਜਿਹੜੇ ਖੱਜਲ ਖੁਆਰ ਹੋ ਰਹੇ ਨੇ। ਪਟਿਆਲੇ ਵੱਲ ਤੋਂ ਜਦੋਂ ਕੋਈ ਆਉਂਦਾ ਜਿਹੜਾ ਯਾਤਰੂ ਆ ਜਾਂ ਰਾਹੀ ਹੈ, ਉਹ ਜਦੋਂ ਫਤਿਹਗੜ੍ਹ ਸਾਹਿਬ ਦੀ ਹੱਦ ਦੇ ਅੰਦਰ ਐਂਟਰ ਹੁੰਦਾ ਤਾਂ ਉਹਨੂੰ ਇਹ ਨਹੀਂ ਪਤਾ ਲੱਗਦਾ ਵੀ ਮੈਂ ਇਹਨੂੰ ਇੱਥੋਂ ਮੋਰਿੰਡਾ ਕਿੰਨੇ ਕਿਲੋਮੀਟਰ ਹੈ, ਇੱਥੋਂ ਖੰਨਾ ਕਿੰਨੇ ਕਿਲੋਮੀਟਰ ਹੈ, ਇੱਥੋਂ ਰਾਜਪੁਰਾ ਕਿੰਨੇ ਕਿਲੋਮੀਟਰ ਹੈ, ਕਿਉਂਕਿ ਉਹਨਾਂ ਬੋਰਡਾਂ ਸਾਈਨ ਬੋਰਡਾਂ ਦੇ ਉੱਤੇ ਕਿਲੋਮੀਟਰ ਦੇਖਣ ਦੀ ਬਜਾਏ ਜਾਂ ਪਹੁੰਚ ਮਾਰਗ ਚਾਹੇ ਸ਼ਹਿਰ ਦਾ ਨਾਂ ਦੇਖਣ ਦੀ ਬਜਾਏ ਕਈ ਆਗੂ ਨੇ ਜਿਹੜੇ ਉਹਨਾਂ ਨੇ ਆਪਣੀਆਂ ਫੋਟੋਆਂ ਚਮਕਾਈਆਂ ਹੋਈਆਂ ਨੇ, ਜਿਹੜੀ ਕਿ ਬਹੁਤ ਹੀ ਨਿੰਦਣਯੋਗ ਔਰ ਬਹੁਤ ਹੀ ਮਾੜੀ ਗੱਲ ਹੈ। ਪੰਜਾਬ ਸਰਕਾਰ ਦੀ ਕਰਜ਼ਾ ਮਾਫ਼ੀ ਦੀ ਯੋਜਨਾ ਤਾਂ ਪੰਜਾਬ ਦੇ ਆਮ ਲੋਕਾਂ ਵਿੱਚ ਹਾਸਾ ਪਾ ਰਹੀ ਹੈ, ਪਰ ਹੁਣ ਪੰਜਾਬ ਸਰਕਾਰ ਵੱਲੋਂ ਇੱਕ ਹੋਰ ਦਾਅਵਾ ਕੀਤਾ ਗਿਆ ਕਿ ਬੇਘਰੇ ਲੋਕਾਂ ਨੂੰ 5-5 ਮਰਲੇ ਦੇ ਪਲਾਟ ਦਿੱਤੇ ਜਾਣਗੇ ਅਤੇ ਇਸ ਦੇ ਲਈ BDPO ਦਫ਼ਤਰਾਂ ਵਿੱਚ ਕੈਂਪ ਵੀ ਲਗਾਏ ਜਾ ਰਹੇ ਨੇ। ਅਜਿਹੇ ਇੱਕ ਕੈਂਪ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਵੀ ਪਹੁੰਚੇ।
ਸ਼੍ਰੀ ਅਨੰਦਪੁਰ ਸਾਹਿਬ ਵਿੱਚ ਬਾਲ ਵਿਕਾਸ ਅਤੇ ਪੰਚਾਇਤ ਦਫ਼ਤਰ ਵਿੱਚ ਜ਼ਰੂਰਤਮੰਦ ਲੋਕਾਂ ਦੇ ਫਾਰਮ ਭਰੇ ਜਾ ਰਹੇ ਨੇ। ਇਸ ਮੌਕੇ 'ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਸਣੇ ਪਿੰਡ ਦੇ ਵਿਕਾਸ ਅਤੇ ਪੰਚਾਇਤ ਮਹਿਕਮੇ ਦੇ ਅਧਿਕਾਰੀ, SDM, ADC ਰੂਪਨਗਰ ਆਦਿ ਅਧਿਕਾਰੀ ਵੀ ਮੌਜੂਦ ਰਹੇ। ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਕਿਹਾ ਕਿ ਬੇਘਰੇ ਲੋਕਾਂ ਨੂੰ ਘਰ ਬਣਾਉਣ ਦੇ ਲਈ 5-5 ਮਰਲੇ ਦੇ ਪਲਾਟ ਦੇਣ ਦਾ ਵਾਅਦਾ ਪੰਜਾਬ ਸਰਕਾਰ ਜਲਦ ਪੂਰਾ ਕਰਨ ਜਾ ਰਹੀ ਹੈ। ਉਹਨਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਪੰਜਾਬ ਵਿੱਚ ਉਹਨਾਂ ਦੀ ਸਰਕਾਰ ਬਣਨ ਦੇ ਬਾਅਦ ਹਲਕੇ ਵਿੱਚ ਕੋਈ ਵੀ ਵਿਅਕਤੀ ਬੇਘਰ ਨਹੀਂ ਰਹੇਗਾ। ਰਾਣਾ ਕੰਵਰਪਾਲ ਸਿੰਘ ਨੇ ਕਿਹਾ ਕਿ ਉਹਨਾਂ ਦਾ ਮੁੱਖ ਨਿਸ਼ਾਨਾ ਪਿੰਡ ਚੰਗਰ ਅਤੇ ਕੰਢੀ ਇਲਾਕੇ ਦੇ ਬੇਘਰ ਲੋਕਾਂ ਨੂੰ ਪਲਾਟ ਦੇਣਾ ਹੈ। ਰਾਣਾ KP ਸਿੰਘ ਨੇ ਕਿਹਾ ਕਿ ਉਹਨਾਂ ਨੇ ਆਪਣੇ ਹਲਕੇ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਉਹ ਹਰ ਬੇਘਰ ਨੂੰ ਘਰ ਦੇਣਗੇ। ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਪੰਜਾਂ ਪਾਣੀਆਂ ਦੀ ਇਸ ਧਰਤੀ 'ਤੇ, ਖੁਸ਼ਹਾਲ ਪੰਜਾਬ ਦੀ ਧਰਤੀ 'ਤੇ ਕੋਈ ਆਦਮੀ ਐਸਾ ਨਾ ਹੋਵੇ ਜਿਹਦੇ ਕੋਲ ਰਹਿਣ ਲਈ ਆਪਣਾ ਮਕਾਨ ਔਰ ਉਸ ਮਕਾਨ ਨੂੰ ਬਣਾਉਣ ਲਈ ਆਪਣਾ ਪਲਾਟ ਨਾ ਹੋ। ਸੋ ਉਹ ਸਾਰੇ ਸੂਬੇ 'ਚ ਸੂਬਾ ਸਰਕਾਰ ਨੇ ਹਦਾਇਤਾਂ ਕੀਤੀਆਂ, ਸੂਬੇ ਦੇ ਸਾਰੇ ਤਮਾਮ ਅਫਸਰ ਸਾਹਿਬਾਨ ਇਸ ਕੰਮ 'ਚ ਲੱਗੇ ਹੈ। ਅੱਜ ਅਸੀਂ ਅਨੰਦਪੁਰ ਸਾਹਿਬ ਦੀ ਇਸ ਪਵਿੱਤਰ ਧਰਤੀ ਤੋਂ ਆਪਣੇ ਇਸ ਹਲਕੇ 'ਚ ਇਸ ਪ੍ਰੋਗਰਾਮ ਦਾ ਆਗਾਜ਼ ਕੀਤਾ। ਬਹੁਤ ਵੱਡਾ ਘੱਟ ਹਜ਼ਾਰਾਂ ਦੀ ਤਾਦਾਦ 'ਚ ਲੋਕ ਆਏ ਹੈ। ਸੋ ਮੈਂ ਅੱਜ ਅਫਸਰ ਸਾਹਿਬਾਨ ਨੂੰ ਅਪੀਲ ਕੀਤੀ ਹੈ, ਸਰਪੰਚਾਂ ਨੂੰ ਅਪੀਲ ਕੀਤੀ ਹੈ, ਹੋਰ ਜਿਹੜੇ ਮੁਤਬਰ ਸਾਰੇ ਆ ਉਹਨਾਂ ਨੂੰ ਅਪੀਲ ਕੀਤੀ ਹੈ ਕਿ ਤੁਸੀਂ ਸਰਕਾਰੀ ਜਿਹੜਾ ਨਿਜ਼ਾਮ ਹੈ ਇਹਦੇ ਨਾਲ ਮਿਲ ਕੇ ਇਸ ਗੱਲ ਨੂੰ ਯਕੀਨੀ ਬਣਾਓ ਕਿ ਸਾਡੇ ਹਲਕੇ 'ਚ ਕੋਈ ਵੀ ਆਦਮੀ ਬੇਘਰਾ ਨਾ ਹੋਵੇ, ਜਿਹਦੇ ਕੋਲ ਘਰ ਬਣਾਉਣ ਲਈ 5 ਮਰਲੇ ਦਾ ਘੱਟੋ ਘੱਟ ਪਲਾਟ ਨਾ ਹੋਵੇ। ਸੋ ਅਫਸਰ ਸਾਹਿਬਾਨ ਨੇ, ਲੋਕਾਂ ਨੇ, ਸਭ ਨੇ ਰਲ ਮਿਲ ਕੇ ਇਸ ਗੱਲ ਦਾ ਭਰੋਸਾ ਦਿੱਤਾ ਕਿ 1 ਮਹੀਨੇ ਦੇ ਅੰਦਰ ਅੰਦਰ ਅਸੀਂ ਇਹ ਸਾਰਾ ਜਿਹੜਾ ਕੰਮ ਹੈ ਨਿਪਟਾ ਲਿਆ। ਇਹ ਪੰਜਾਬ ਸਰਕਾਰ ਵੱਲੋਂ ਬਹੁਤ ਮਸ਼ਹੂਰ ਆ, ਜਿਹੜੇ 5-5 ਮਰਲੇ ਦੀ ਸਕੀਮ ਦੇ ਰਹੇ, ਛੋਟੇ ਤਬਕੇ ਨੂੰ ਉੱਪਰ ਚੱਕ ਰਹੇ, ਬਹੁਤ ਵਧੀਆ ਸਕੀਮ ਹੈ ਇਹਨਾਂ ਦੀ, ਔਰ ਮੈਂ ਵਧਾਈ ਪਾਤਰ ਰਾਣਾ KP ਦੀ। ਉਧਰ ਚੰਡੀਗੜ੍ਹ ਵਿੱਚ ਮੇਅਰ ਡਿਪਟੀ ਮੇਅਰ ਦੀ ਚੋਣ ਹੋ ਗਈ ਹੈ ਅਤੇ ਇੱਕ ਵਾਰ ਫਿਰ ਚੰਡੀਗੜ੍ਹ ਨਗਰ ਨਿਗਮ 'ਤੇ ਭਾਰਤੀ ਜਨਤਾ ਪਾਰਟੀ ਦਾ ਮੇਅਰ ਕਾਬਜ਼ ਰਹੇਗਾ। ਚੋਣਾਂ ਵਿੱਚ BJP ਦੇ ਮੇਅਰ ਅਹੁਦੇ ਦੇ ਉਮੀਦਵਾਰ ਦਿਵੇਸ਼ ਮੌਦਗਿਲ ਅਤੇ ਕਾਂਗਰਸ ਦੇ ਮੇਅਰ ਅਹੁਦੇ ਦੇ ਦਵਿੰਦਰ ਸਿੰਘ ਬਬਲਾ ਆਹਮਣੇ ਸਾਹਮਣੇ ਸੀ। ਮੇਅਰ ਪਦ ਦੀ ਚੋਣ ਵਿੱਚ ਦਿਵੇਸ਼ ਮੌਦਗਿਲ ਨੂੰ 22 ਅਤੇ ਕਾਂਗਰਸ ਨੂੰ ਸਿਰਫ 5 ਵੋਟਾਂ ਮਿਲੀਆਂ। ਉੱਧਰ ਸੀਨੀਅਰ ਡਿਪਟੀ ਮੇਅਰ ਦੇ ਅਹੁਦੇ ਲਈ ਕਾਂਗਰਸ ਦੀ ਸ਼ੀਲਾ ਫੂਲ ਸਿੰਘ ਅਤੇ ਭਾਜਪਾ ਦੇ ਗੁਰਪ੍ਰੀਤ ਸਿੰਘ ਢਿੱਲੋਂ ਆਹਮਣੇ ਸਾਹਮਣੇ ਸਨ, ਜਿਸ ਵਿੱਚ BJP ਨੂੰ 21 ਅਤੇ ਕਾਂਗਰਸ ਨੂੰ ਸਿਰਫ 6 ਵੋਟਾਂ ਮਿਲੀਆਂ। ਉੱਧਰ ਡਿਪਟੀ ਮੇਅਰ ਦੇ ਅਹੁਦੇ ਦੇ ਲਈ ਕਾਂਗਰਸ ਦੇ ਰਵਿੰਦਰ ਕੌਰ ਗੁਜਰਾਲ ਅਤੇ ਭਾਜਪਾ ਦੇ ਵਿਨੋਦ ਅਗਰਵਾਲ ਆਹਮਣੇ ਸਾਹਮਣੇ ਸਨ, ਜਿਸ ਵਿੱਚ ਵਿਨੋਦ ਅਗਰਵਾਲ ਨੂੰ 22 ਵੋਟ ਮਿਲੇ, ਜਦਕਿ ਕਾਂਗਰਸ ਨੂੰ 4 ਵੋਟ ਮਿਲੇ ਅਤੇ 1 ਵੋਟ ਰੱਦ ਹੋਇਆ। BJP ਦੇ ਆਗੂ ਸਤਪਾਲ ਜੈਨ ਨੇ ਕ੍ਰੋਸ ਵੋਟਿੰਗ ਨੂੰ ਲੈ ਕੇ ਕਿਹਾ ਕਿ ਜੰਗ ਵਿੱਚ ਕਦੇ ਕਦੇ ਸੈਨਿਕ ਜ਼ਖਮੀ ਹੋ ਜਾਂਦੇ ਨੇ, ਮਗਰ ਚਿੰਤਾ ਕਰਨ ਦੀ ਗੱਲ ਨਹੀਂ ਹੈ, ਅਸੀਂ ਚੋਣਾਂ ਜਿੱਤ ਗਏ ਹਾਂ। मैं धन्यवाद और आभार व्यक्त करता हूँ, इन्होंने ये जिम्मेवारी मुझे सौंपी। सबसे पहले मैं देश के प्रधानमंत्री श्री नरेंद्र मोदी जी का और भारतीय जनता पार्टी के राष्ट्रीय अध्यक्ष माननीय श्री अमित शाह जी का धन्यवाद व्यक्त करता हूँ कि उन्होंने अपना विश्वास मुझ में जताया और चंडीगढ़ के लोगों की सेवा का अवसर प्रदान किया। मैं विशेष तौर पर अपने संगठन महामंत्री श्री रामलाल जी का, चंडीगढ़ के प्रभारी श्री प्रभा झा जी का,
चंडीगढ़ के और पंजाब के संगठन मंत्री श्री दिनेश कुमार जी का भी धन्यवाद करता हूँ। बहुत बधाई चंडीगढ़ की जनता ने जिस तरीके से पिछले साल दिसंबर में श्री नरेंद्र मोदी जी और श्री अमित शाह जी के नेतृत्व में विश्वास व्यक्त किया था भारतीय जनता पार्टी में, आज चुने हुए प्रतिनिधियों ने दूसरी बार बड़े भारी बहुमत से उनको जिताया है। मैं बहुत खुश हूँ। देवेश मोदील को, गुरप्रीत ढिल्लों को, विनोद अग्रवाल को, सबको बहुत बहुत बधाई। उधर पंजाब विच मालवा सभ्याचारक मंच वालों लोहड़ी मेले की शुरुआत कर दी गई है। इस लोहड़ी मेले का प्रबंध सनती शहर लुधियाना विच कीता जा रहा है। मालवा सभ्याचारक मंच वालों ये 24वां लोहड़ी मेला मनाया जा रहा है। लोहड़ी मेले की शुरुआत बाबा बोर्ड दिवंगत जगदेव सिंह जसोवाल के बुत ते फुल चढ़ा के हुई। इस लोहड़ी मेले का मकसद समाज विच तियां नूं मुंडियां दे बराबर थां दवाउणा है। काबले जिक्र है कि इस लोहड़ी मेले के तहत वख वख तरह दियां गतिविधियां का प्रबंध किया जाता है, जिस विच थां थां ते सैमीनार अते रैलियां भी कीतियां जांदियां ने। मालवा सभ्याचारक मंच वालों 24वां तियां दी लोहड़ी मेले की शुरुआत जिहड़ी है जसवाल साहब के बुत ते हार पा के असीं शुरू कीती है, क्योंकि मेलियां दी रवायत जे पंजाब च शुरू होई है तां उस वर्गी आ जसवाल साहब की बदौलत आ। ਜਿਹੜੇ ਵੀ ਕਲਾਕਾਰ ਉੱਠਦੇ ਨੇ ਉਹ ਹਮੇਸ਼ਾ ਮੇਲਿਆਂ ਤੋਂ ਉੱਠਦੇ ਨੇ, ਇਸ ਕਰਕੇ ਇਸ ਵਾਰੀ ਅਸੀਂ ਉਪਰਾਲਾ ਕੀਤਾ। ਤੇਜਵੰਤ ਕਿੱਟੂ ਜੀ ਦੀ ਮਿਊਜ਼ਿਕ ਅਕੈਡਮੀ ਦੇ ਸਾਰੇ ਬੱਚੇ ਇਸ ਮੇਲੇ 'ਚ ਪਰਫੋਰਮ ਕਰਨਗੇ। ਅਸੀਂ ਚਾਹੁੰਦੇ ਹਾਂ ਪੰਜਾਬ ਦਾ ਜਿਹੜਾ ਜਿਉਂਦਾ ਜਿਹੜਾ ਸੱਭਿਆਚਾਰ ਆ, ਸਾਡਾ ਇੱਕ ਅਮੀਰ ਵਿਰਸਾ ਹੈ, ਉਹਨੂੰ ਜਿਹੜੇ ਸਾਡੇ ਬੱਚੇ ਨੇ ਉਹ ਵੀ ਫੋਲੋ ਕਰਨ, ਕਿਉਂਕਿ ਇਹ ਬਹੁਤ ਅਮੀਰ ਵਿਰਸਾ ਹੈ। ਇਸ ਕਰਕੇ ਅਸੀਂ ਇਸ ਵਾਰੀ ਤੇਜਵੰਤ ਕਿੱਟੂ ਜੀ ਦੀ ਮਿਊਜ਼ਿਕ ਅਕੈਡਮੀ ਦੇ ਬੱਚੇ ਲਏ ਨੇ ਇਸ ਮੇਲੇ ਦੇ ਵਿੱਚ, ਤਾਂ ਜੋ ਨਵੇਂ ਕਲਾਕਾਰ ਜਿਹੜੇ ਕਿ ਮੇਲਿਆਂ 'ਚੋਂ ਹਮੇਸ਼ਾ ਪੈਦਾ ਹੁੰਦੇ ਨੇ, ਮਾਲਵਾ ਸੱਭਿਆਚਾਰਕ ਮੰਚ ਹਮੇਸ਼ਾ ਉਹ ਬੱਚਿਆਂ ਨਾਲ ਖੜ੍ਹਾ ਹੈ ਜਿਹੜੇ ਕਿ ਸਾਡੇ ਸੱਭਿਆਚਾਰ ਨੂੰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਸੇਵਾ ਕਰਨ ਲਈ ਹਮੇਸ਼ਾ ਤਿਆਰ ਹਨ। ਖੇਤਰ ਦੇ ਵਿੱਚ ਚਾਹੇ ਖਿਡਾਰਨਾਂ ਨੇ, ਚਾਹੇ ਕਵਿਤਰੀਆਂ ਨੇ, ਚਾਹੇ ਸਿੰਗਰ ਨੇ, ਚਾਹੇ ਆਰਟਿਸਟ ਨੇ, ਬੱਚੇ ਦੇ ਪ੍ਰੋਗਰਾਮ ਕੀਤੇ ਜਾਣਗੇ, ਉਹਨਾਂ ਨੂੰ ਸਨਮਾਨ ਕੀਤਾ ਜਾਊਗਾ ਔਰ ਲੜਕੀਆਂ ਨੂੰ ਗੋਲਡ ਮੈਡਲ ਨਾਲ ਸਨਮਾਨ ਕੀਤਾ ਜਾਊਗਾ। ਔਰ ਧੀਆਂ ਦੀ ਲੋਹੜੀ ਅਸੀਂ ਦੇਖਦੇ ਹਾਂ ਕਿ ਅੱਜ ਕੱਲ੍ਹ ਦੁਨੀਆਂ ਦੇ ਵਿੱਚ ਹਰ ਖੇਤਰ ਦੇ ਵਿੱਚ ਪੰਜਾਬ ਹਰ ਪਾਸੇ ਲੜਕੀਆਂ ਮੱਲਾਂ ਮਾਰ ਰਹੀਆਂ ਨੇ, ਚਾਹੇ ਪੜ੍ਹਾਈ ਦਾ ਖੇਤਰ ਹੈ ਜਾਂ ਹੋਰ ਕੋਈ ਵੀ ਖੇਤਰ ਹੈ, ਤਾਂ ਸਾਨੂੰ ਮਾਣ ਵੀ ਮਹਿਸੂਸ ਹੁੰਦਾ ਆਪਣੇ ਪੰਜਾਬ 'ਤੇ। ਔਰ ਅਸੀਂ ਇਸ ਚੈਨਲਾਂ ਰਾਹੀਂ ਸੱਦਾ ਦਿੰਦੇ ਹਾਂ ਕਿ ਜਿਹੜਾ 11 ਤਰੀਕ ਨੂੰ ਲੋਹੜੀ ਮੇਲਾ ਸਵੇਰੇ 11 ਵਜੇ ਸ਼ੁਰੂ ਹੋ ਕੇ ਸ਼ਾਮ ਦੇ 6 ਵਜੇ ਤੱਕ ਚੱਲਣਾ ਹੈ, ਅਸੀਂ ਸਾਰਿਆਂ ਨੂੰ ਸੱਦਾ ਦਿੰਦੇ ਹਾਂ ਕਿ ਮੇਲੇ ਨੂੰ ਵੱਧ ਤੋਂ ਵੱਧ ਭਰਪੂਰ ਬਣਾਉਣ, ਰੌਣਕ ਭਰਿਆ ਬਣਵਾਉਣ, ਤਾਂ ਕਿ ਸਾਡਾ ਜਿਹੜਾ ਇਹ ਸੰਦੇਸ਼ ਹੈ ਲੜਕੀਆਂ ਦੀ ਲੋਹੜੀ ਮਨਾਉਣ ਦਾ ਪੂਰੀ ਦੁਨੀਆ ਦੇ ਵਿੱਚ ਜਾਵੇ। ਔਰ ਜਿਹੜਾ ਸਾਡਾ ਲੁਧਿਆਣਾ ਹੈ ਸਮਾਰਟ ਸਿਟੀ ਹੈ, ਔਰ ਇਸ ਦਾ ਨਾਂ ਵੀ ਦੁਨੀਆ ਦੇ ਵਿੱਚ ਉੱਚਾ ਹੋਵੇ ਕਿ ਜੋ ਕਿ ਸੱਭਿਆਚਾਰਕ ਮੰਚ ਹੈ, ਇੱਕ ਅੱਛਾ ਕੰਮ ਕਰ ਰਿਹਾ ਲੜਕੀਆਂ ਲਈ, ਲੇਡੀਜ਼ ਵਾਸਤੇ ਇੱਕ ਅੱਛਾ ਕੰਮ ਕਰ ਰਿਹਾ ਹੈ। ਫਿਰ ਲੋਹੜੀ ਦੀ ਇੱਕ ਵਾਰੀ ਫਿਰ ਸਭ ਨੂੰ ਬਹੁਤ ਬਹੁਤ ਵਧਾਈ ਦਿੰਦੇ ਹਾਂ ਔਰ ਸਭ ਨੂੰ ਸੱਦਾ ਵੀ ਦਿੰਦੇ ਹਾਂ ਕਿ ਆ ਕੇ ਮੇਲੇ ਦੀਆਂ ਰੌਣਕਾਂ ਵਧਾਉਣ। ਉਧਰ ਪੰਜਾਬ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਚਾਈਨਾ ਤੋਂ ਆਉਣ ਵਾਲੀ ਪਲਾਸਟਿਕ ਦੀ ਡੋਰ ਉੱਪਰ ਪਾਬੰਦੀ ਲਗਾ ਦਿੱਤੀ ਗਈ ਹੈ। ਹਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵੱਲੋਂ ਇਸ ਡੋਰ ਦੀ ਵਰਤੋਂ ਅਤੇ ਵੇਚਣ 'ਤੇ ਸਖਤ ਪਾਬੰਦੀ ਹੈ। ਪੰਜਾਬ ਦੇ ਵਿੱਚ ਥਾਂ ਥਾਂ 'ਤੇ ਪੁਲਿਸ ਦੀਆਂ ਟੀਮਾਂ ਜਾਂਚ ਵੀ ਕਰ ਰਹੀਆਂ ਨੇ। ਉਧਰ ਆਮ ਲੋਕਾਂ ਨੂੰ ਇਸ ਡੋਰ ਦੇ ਨੁਕਸਾਨਾਂ ਤੋਂ ਜਾਗਰੂਕ ਕਰਨ ਦੇ ਲਈ ਥਾਂ ਥਾਂ 'ਤੇ ਰੈਲੀਆਂ ਕੱਢੀਆਂ ਜਾ ਰਹੀਆਂ ਨੇ। ਲੁਧਿਆਣਾ ਵਿੱਚ ਵੀ ਇੱਕ ਐਨ ਜੀ ਓ ਵੱਲੋਂ ਚਾਈਨਾ ਦੀ ਬਣੀ ਪਲਾਸਟਿਕ ਡੋਰ ਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਇੱਕ ਮਾਰਚ ਕੱਢਿਆ ਗਿਆ, ਜਿਸ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ ਅਤੇ ਲੋਕਾਂ ਨੂੰ ਚਾਈਨਾ ਦੀ ਬਣੀ ਇਸ ਪਲਾਸਟਿਕ ਦੀ ਡੋਰ ਦੇ ਪ੍ਰਤੀ ਜਾਗਰੂਕ ਕੀਤਾ। ਐਨ ਜੀ ਓ ਦੇ ਪ੍ਰਮੁੱਖ ਕੁਮਾਰ ਗੌਰਵ ਨੇ ਦੱਸਿਆ ਕਿ ਉਹਨਾਂ ਦਾ ਇਹ ਮਾਰਚ ਚਾਈਨਾ ਦੀ ਬਣੀ ਇਸ ਡੋਰ ਨਾਲ ਹੋਣ ਵਾਲੇ ਨੁਕਸਾਨ ਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਕੱਢਿਆ ਜਾ ਰਿਹਾ, ਜਦਕਿ ਇਹ ਡੋਰ ਚਾਈਨਾ ਡੋਰ ਦੇ ਨਾਂ 'ਤੇ ਪ੍ਰਸਿੱਧ ਹੈ। ਪਰ ਇਸ ਦਾ ਨਿਰਮਾਣ ਭਾਰਤ ਦੇ ਗੁਜਰਾਤ ਅਤੇ ਨੋਇਡਾ ਵਰਗੇ ਇਲਾਕਿਆਂ ਦੇ ਵਿੱਚ ਵੀ ਹੁੰਦਾ। ਉਹਨਾਂ ਕਿਹਾ ਕਿ ਜਦ ਤੱਕ ਲੋਕਾਂ ਵਿੱਚ ਜਾਗਰੂਕਤਾ ਨਹੀਂ ਆਉਂਦੀ, ਇਹ ਪਲਾਸਟਿਕ ਡੋਰ ਜ਼ਿੰਦਗੀਆਂ ਨੂੰ ਘੀਲਦੀ ਰਹੇਗੀ। ਉਹਨਾਂ ਕਿਹਾ ਕਿ ਕਿਸੇ ਸਮੇਂ ਇਹ ਡੋਰ ਬਾਹਰਲੇ ਮੁਲਕਾਂ ਤੋਂ
ਭਾਰਤ ਆਇਆ ਕਰਦੀ ਸੀ, ਪਰ ਹੁਣ ਭਾਰਤ ਵਿੱਚ ਵੀ ਇਸ ਦਾ ਨਿਰਮਾਣ ਹੋਣ ਲੱਗਿਆ। ਕਾਬਲੇ ਜ਼ਿਕਰ ਹੈ ਕਿ ਇਸ ਡੋਰ ਨਾਲ ਆਏ ਸਾਲ ਵੱਡੀ ਗਿਣਤੀ ਵਿੱਚ ਹਾਦਸੇ ਹੁੰਦੇ ਨੇ ਅਤੇ ਕਈ ਥਾਂ ਲੋਕ ਮੌਤ ਦੇ ਮੂੰਹ ਵਿੱਚ ਚਲੇ ਜਾਂਦੇ ਨੇ। ਅੱਜ ਆਪਣੀ ਸਾਰੀ ਟੀਮ ਕੇ ਸਾਥ ਸਭੀ ਲੁਧਿਆਣਾ ਵਾਸੀਓ ਸੇ ਅਪੀਲ ਕਰਤਾ ਹੂੰ ਕਿ ਆਜ ਹੈਬੋਵਾਲ ਮੇ ਜੋ 7-8 ਸਕੂਲੋਂ ਕੇ ਸਾਥ ਮਿਲਕਰ ਜੋ 500-700 ਸਟੂਡੈਂਟਸ ਕੇ ਸਾਥ ਮਿਲਕਰ ਜੋ ਸਾਰੇ ਹੈਬੋਵਾਲ ਕੇ ਸਭੀ ਧਾਰਮਿਕ ਸਮਾਜਿਕ ਹਰ ਤਰ੍ਹਾਂ ਕੇ ਇਨਸਾਨੀਅਤ ਪ੍ਰੇਮੀ ਹੋ ਜੋ ਇਨਸਾਨ ਕੋ ਪਿਆਰ ਕਰਤੇ ਹੈ ਇਨਸਾਨੀਅਤ ਕੋ ਪਿਆਰ ਕਰਤੇ ਹੈ ਉਨ ਸਭ ਕੇ ਸਾਥ ਮਿਲਕਰ ਯੇ ਹਮ ਪਲਾਸਟਿਕ ਡੋਰ ਕੇ ਖਿਲਾਫ ਇੱਕ ਰੈਲੀ ਇੱਕ ਮੁਹਿੰਮ ਇੱਕ ਜੰਗ ਛੇੜੇ ਬੈਠੇ ਹੈ ਔਰ ਹਮ ਬਹੁਤ ਜਲਦ ਆਪਣੇ ਲੀਗਲ ਐਡਵਾਈਜ਼ਰ ਕੇ ਸਾਥ जो लखन पाल जी हिमांशु वालिया जी हैं उनके साथ मिलकर हाई कोर्ट में रिट भी लगाएंगे इसके खिलाफ। ये डोर चाइनीज डोर नहीं रही दोस्तों, ये फॉर्मूला सिर्फ चाइनीज डोर का है। ये डोर गुजरात में बन रही है, ये डोर बेंगलोर में बन रही है, ये डोर नोएडा में बन रही है और सरेआम बिक रही है। NRI गुरप्रीत कंग दी लिखी साहित्यिक किताब दो मना दा युद्ध जनतक कर दी गई है। पंजाबी मूल दे नौजवान फ्रांसीसी NRI गुरप्रीत कंग ने ਦੋ ਮਨਾਂ ਦਾ ਯੁੱਧ ਸ਼ੀਰਸ਼ਕ ਦੇ ਤਹਿਤ 70 ਪੰਜਾਬੀ ਕਵਿਤਾਵਾਂ ਦੀ ਇੱਕ ਕਿਤਾਬ ਨੂੰ ਚੰਡੀਗੜ੍ਹ ਵਿੱਚ ਪੰਜਾਬ ਆਰਟਸ ਕੌਂਸਲ ਦੇ ਚੇਅਰਮੈਨ ਅਤੇ ਕਵੀ ਸੁਰਜੀਤ ਪਾਤਰ ਦੇ ਹੱਥੋਂ ਜਨਤਕ ਕਰਾ ਦਿੱਤਾ। ਗੁਰਪ੍ਰੀਤ ਕੰਗ ਦੁਆਰਾ ਲਿਖੀ ਗਈ ਇਸ ਕਿਤਾਬ ਨੂੰ ਰਸਮੀ ਤੌਰ 'ਤੇ ਲਾਂਚ ਕਰ ਦਿੱਤਾ ਗਿਆ। ਲੇਖਕ ਗੁਰਪ੍ਰੀਤ ਕੰਗ ਨੇ ਦੱਸਿਆ ਹੈ ਕਿ ਉਹ ਕਰੀਬ 20 ਸਾਲ ਤੋਂ ਲਿਖ ਰਹੇ ਨੇ ਅਤੇ ਉਹਨਾਂ ਨੇ ਇਸ ਕਿਤਾਬ ਵਿੱਚ 70 ਕਵਿਤਾਵਾਂ ਦੇ ਸੰਗ੍ਰਹਿ ਨੂੰ ਪੇਸ਼ ਕੀਤਾ ਹੈ, ਜਿਸ ਵਿੱਚ ਅਲੱਗ ਅਲੱਗ ਮੁੱਦੇ ਜਿਵੇਂ ਭ੍ਰਿਸ਼ਟਾਚਾਰ, ਰਾਜਨੀਤੀ, ਬੇਇਨਸਾਫੀ ਅਤੇ ਸਮਕਾਲੀਨ ਭਾਰਤ ਦੀਆਂ ਬਾਕੀ ਸਮਾਜਿਕ ਸਮੱਸਿਆਵਾਂ 'ਤੇ ਵੀ ਗਹਿਰਾਈ ਦੇ ਨਾਲ ਆਪਣੀ ਰਚਨਾਤਮਕ ਗੱਲ ਰੱਖੀ ਗਈ ਹੈ। ਮੰਨੇ ਪ੍ਰਮੰਨੇ ਕਵੀ ਸੁਰਜੀਤ ਪਾਤਰ ਨੇ ਵੀ ਇਸ ਪੁਸਤਕ ਦੀ ਸ਼ਲਾਘਾ ਕੀਤੀ ਹੈ। ਮੈਂ ਦੋ ਮਨਾਂ ਦਾ ਯੁੱਧ, ਇਹ ਮੈਂ ਇਸ ਕਿਤਾਬ ਨੂੰ ਇਸ ਤਰ੍ਹਾਂ ਦੇਖਦਾ ਕਿ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਕਿਹਾ ਕਿ ਜਿਹੜੀ ਕਵਿਤਾ ਹੁੰਦੀ ਹੈ ਉਹ ਇੱਕ ਤਰ੍ਹਾਂ ਬੰਦੇ ਦੀ ਆਪਣੇ ਆਪ ਨਾਲ ਲੜਾਈ ਹੁੰਦੀ ਹੈ। ਤੋ ਕਿਉਂਕਿ ਇਸ ਯੁੱਗ ਵਿੱਚ ਅਸੀਂ ਇਹ ਦੇਖਦੇ ਹਾਂ ਕਿ ਬੰਦਿਆਂ ਨੂੰ ਖਾਮੋਸ਼ ਰਹਿਣਾ ਪੈਂਦਾ ਉਹਨਾਂ ਡਰਾਂ ਕਰਕੇ, ਜਿਹੜੇ ਰਾਜਸੀ ਡਰ ਹੁੰਦੇ ਆ ਜਾਂ ਕੁਛ ਮਾਨਸਿਕ ਡਰ ਹੁੰਦੇ ਆ। ਤੋ ਪਰ ਜਿਹੜੀ ਕਵਿਤਾ ਉਹਨਾਂ ਖਾਮੋਸ਼ੀਆਂ ਨੂੰ ਗਾਉਂਦੀ ਆ। ਸੋ ਦੋ ਮਨਾਂ ਦਾ ਯੁੱਧ, ਗੁਰਪ੍ਰੀਤ ਕੰਗ ਨੇ ਇਹੀ ਕਿਹਾ ਕਿ ਮੇਰਾ ਇੱਕ ਮਨ ਤਾਂ ਕਹਿੰਦਾ ਕਿ ਤੂੰ ਚੁੱਪ ਰਹਿ, ਲੇਕਿਨ ਦੂਸਰਾ ਮਨ ਕਹਿੰਦਾ ਨਹੀਂ, ਇਸ ਮੌਕੇ ਤੈਨੂੰ ਕੁਛ ਕਹਿਣਾ ਪਊਗਾ। ਸੋ ਇਸ ਜਿੱਦਾਂ ਬੁੱਲੇ ਸ਼ਾਹ ਵੀ ਕਹਿੰਦਾ ਵੀ ਸੱਚ ਆਖਿਆਂ ਭਾਂਬੜ ਮੱਚਦਾ ਏ, ਝੂਠ ਆਖਾਂ ਤਾਂ ਕੁਛ ਬਚਦਾ ਏ, ਜੀ ਦੋਹਾਂ ਗੱਲਾਂ ਤੋਂ ਜਕਦਾ ਏ, ਜਗ ਜਗ ਕੇ ਜੀਭਾ ਕਹਿੰਦੀ ਏ, ਮੂੰਹ ਆਈ ਬਾਤ ਨਾ ਰਹਿੰਦੀ ਏ। E9 ਪੰਜਾਬੀ ਦੇ ਸਰਗਰਮੀਆਂ ਦੇ ਬੁਲੇਟਿਨ ਦੇ ਵਿੱਚ ਫਿਲਹਾਲ ਇੰਨਾ ਹੀ। ਨਵੀਆਂ ਅਤੇ ਤਾਜ਼ੀਆਂ ਸਰਗਰਮੀਆਂ ਨਾਲ ਫਿਰ ਹਾਜ਼ਰ ਹੋਵਾਂਗੇ। ਫਿਲਹਾਲ ਸੁਰਿੰਦਰ ਡੱਲਾ ਨੂੰ ਦਿਓ ਇਜਾਜ਼ਤ। ਧੰਨਵਾਦ।